ਵਿਦੇਸ਼ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਰੋਜ਼ੀ ਰੋਟੀ ਦੇ ਲਈ 6 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਇਸ ਨੌਜਵਾਨ ਨੂੰ ਕੁਚਲ ਦਿੱਤਾ। ਇੱਕੋ ਝਟਕੇ ਦੇ ਵਿੱਚ ਹੀ ਇਸ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਫਿਰੋਜ਼ਪੁਰ ਦੇ ਪਿੰਡ ਕਮਾਲਾਂ ਬੋਦਲਾ ਦਾ ਰਹਿਣ ਵਾਲਾ ਸੀ। ਘਰ ਦੇ ਹਾਲਾਤ ਸੁਧਾਰਨ ਦੇ ਲਈ ਬਹਿਰੀਨ ਗਿਆ ਸੀ। ਮਨਜੀਤ ਸਿੰਘ ਦੇ ਦੋ ਬੱਚੇ, ਜਿਨ੍ਹਾਂ ਦੇ ਵਿੱਚੋਂ ਇੱਕ ਬੇਟੀ ਅਤੇ ਇੱਕ ਬੇਟਾ ਹੈ, ਜੋ ਕਿ ਪਿੰਡ ਕਮਾਲਾ ਬੋਦਲਾ ਦੇ ਵਿੱਚ ਰਹਿੰਦੇ ਨੇ। ਇਹ ਖਬਰ ਮਿਲਦੇ ਸਾਰ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਦੇ ਵੱਲੋਂ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਗਈ, ਕਿਉਂਕਿ ਇਕੱਲਾ ਘਰ ਦੇ ਵਿੱਚ ਕਮਾਉਣ ਵਾਲਾ ਮਨਜੀਤ ਸਿੰਘ ਸੀ, ਜੋ 6 ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ, ਘਰ ਦੇ ਹਾਲਾਤ ਸੁਧਾਰਨ ਦੇ ਲਈ, ਗਰੀਬੀ ਚੱਕਣ ਦੇ ਲਈ, ਰੋਜ਼ੀ ਰੋਟੀ ਦੇ ਲਈ ਬਹਿਰੀਨ ਦੇ ਵਿੱਚ ਦਿਨ ਰਾਤ ਮਿਹਨਤ ਕਰਦਾ ਸੀ। ਇੱਕ ਤੇਜ਼ ਰਫ਼ਤਾਰ ਕਾਰ ਆਈ, ਜਿਸ ਨੇ ਮਨਜੀਤ ਸਿੰਘ ਨੂੰ ਕੁਚਲ ਦਿੱਤਾ। ਮੌਕੇ 'ਤੇ ਹੀ ਉਸਦੀ ਦਰਦਨਾਕ ਮੌਤ ਹੋ ਗਈ। ਜਿਉਂ ਹੀ ਇਹ ਮੰਦਭਾਗੀ ਖਬਰ ਪਰਿਵਾਰ ਤੱਕ ਪੁੱਜੀ ਤਾਂ ਇੱਕਦਮ ਸੁੰਨ ਪਸਰ ਗਈ, ਸੋਗ ਦੀ ਲਹਿਰ ਫੈਲ ਗਈ। ਤਾਂ ਮਾਪਿਆਂ ਦੇ ਵੱਲੋਂ ਮੰਗ ਕੀਤੀ ਗਈ ਕਿ ਮਾਲੀ ਤੌਰ 'ਤੇ ਸਹਾਇਤਾ ਜਿਹੜੀ ਉਹ ਕੀਤੀ ਜਾਵੇ, ਕਿਉਂਕਿ ਵਿਦੇਸ਼ ਦੇ ਵਿੱਚ ਬਹਿਰੀਨ ਦੇ ਵਿੱਚ ਇਹ ਨੌਜਵਾਨ ਰੋਜ਼ੀ ਰੋਟੀ ਦੇ ਲਈ ਗਿਆ ਸੀ, ਜਿੱਥੇ ਇਸਦੀ ਦਰਦਨਾਕ ਮੌਤ ਹੋ ਗਈ। ਓਵਰ ਸਪੀਡ ਕਾਰ ਇਸ ਲਈ ਕਾਲ ਬਣ ਕੇ ਆਈ। ਵੀਰ ਜੀ, ਕੰਮ 'ਤੇ ਜਾ ਰਹੇ ਸੀ, ਰੋਡ ਐਕਸੀਡੈਂਟ ਹੋ ਗਿਆ ਹੈ, ਗੱਡੀ 'ਤੇ ਆਏ ਆ। ਵੈਸੇ ਗੱਡੀ ਉਹਨੇ ਰੋਡ ਦੇ ਆਊਟਸਾਈਡ ਤਾਰਤਾ, ਰੋਡ ਕਰੋਸ ਕਰਨ ਲੱਗਿਆ, ਸਪੀਡ 'ਤੇ ਗੱਡੀ ਆਈ ਹੈ, ਉਹਨਾਂ ਨੂੰ ਦਰੜ ਕੇ ਗੱਡੀ ਅੱਗੇ ਲੰਘੀ, ਮੌਕੇ 'ਤੇ ਮੌਤ ਹੋ ਗਈ। ਹਾਂਜੀ, ਕੰਪਨੀ 'ਚ ਕੰਮ ਕਰਦੇ ਸੀ, ਵੀਜ਼ਾ ਹੈਗਾ ਸੀ, ਆਜ਼ਾਦ ਵੀਜ਼ਾ ਸੀ, ਅਤੇ ਕੰਮ 'ਤੇ ਗਏ ਆ ਦਿਨੇ, ਬਾਕੀ ਪਹੁੰਚੇ ਨਹੀਂ ਗਏ। ਕਿੰਨਾ ਚਿਰ ਹੋ ਗਿਆ ਸੀ ਬਾਹਰ? 4 ਸਾਲ ਅੱਗੇ ਲਾਏ ਸੀ, ਵਿੱਚੋਂ 1 ਮਹੀਨੇ ਦੀ ਛੁੱਟੀ ਆਏ ਆ, ਹੁਣ 1.5 ਸਾਲ ਹੋ ਗਿਆ ਸੀ ਗਏ ਨੂੰ, ਅਤੇ 1.5 ਸਾਲ ਬਾਅਦ ਬਹਿਰੀਨ 'ਚ ਗਏ ਸੀ। ਹਾਂਜੀ, ਕਿੰਨਾ ਚਿਰ ਹੋ ਗਿਆ ਇਹਨਾਂ ਨੂੰ? ਫੋਰਨ 'ਚ 6.5 ਸਾਲ ਹੋ ਗਏ ਆ। ਕੀ ਕਾਰਨ ਹੋਇਆ ਜਿਹੜਾ ਸੜਕ ਹਾਦਸਾ ਹੋਇਆ ਵਾ? ਸੜਕ ਹਾਦਸੇ ਦੌਰਾਨ ਜਿਹੜੀ ਗੱਡੀ ਉਹਨਾਂ ਨੂੰ ਲੈ ਕੇ ਜਾਂਦੀ ਆ, ਕੰਪਨੀ ਵਿੱਚ ਲਾ ਕੇ ਆਉਂਦੀ, ਕੀ ਕਾਰਨ ਸੜਕ 'ਤੇ ਤਾਰਤਾ ਗਿਆ, ਕਿਵੇਂ ਹਾਦਸਾ ਵਾਪਰਿਆ? ਇਹ ਵੀਰ ਜੀ, ਗੱਡੀ ਨਾ ਅੱਗੇ ਆਉਂਦੀ ਸੀ, ਹੋਰ ਗੱਡੀ ਉਹ ਉੱਥੇ ਕੰਮ 'ਤੇ ਛੱਡ ਕੇ ਆਉਂਦੀ ਸੀ ਗੱਡੀ, ਇਹ ਗੱਡੀ ਅੱਜ ਬਦਲ ਕੇ ਆਈ ਆ, ਇਹਨੇ ਗੱਡੀ ਨੇ ਰੋਡ 'ਤੇ ਉਹਨੂੰ ਉਤਾਰ ਦਿੱਤਾ ਹੈ। ਡਰਾਈਵਰ ਕਹਿੰਦਾ ਤੂੰ ਇੱਥੋਂ ਤੁਰ ਕੇ ਚਲੇ ਜਾ, ਅਤੇ ਉਹ ਬਾਈ ਤੁਰ ਕੇ ਉੱਥੋਂ ਗੱਡੀ 'ਤੇ ਉਤਰ ਗਿਆ ਹੈ, ਉੱਥੋਂ ਰੋਡ ਕਰੋਸ ਕਰਨ ਲੱਗਾ, ਅਤੇ ਗੱਡੀ ਤੇਜ਼ ਰਫ਼ਤਾਰ ਨਾਲ ਆਈ ਹੈ ਤਾਂ ਇਹਨਾਂ ਨੂੰ ਦਰੜ ਕੇ ਚਲੇ ਗਈ। ਉੱਥੇ ਨਾਲ ਮੁੰਡੇ ਸੀ, ਉਹਨਾਂ ਸੁਬਾਹ ਕਾਲ ਕੀਤੀ ਹੈ, ਉਹਨਾਂ ਦੱਸਿਆ ਫੋਨ ਲਾ ਕੇ, ਨਾ ਆਹ ਗੱਲ ਬਣ ਗਈ ਹੈ। ਵੀਰ ਦਾ ਨਾਮ ਮਨਜੀਤ ਸਿੰਘ ਆ, ਅਤੇ ਦੋ ਬੱਚੇ ਆ, ਇੱਕ ਬੇਟੀ ਆ, ਇੱਕ ਲੜਕਾ। ਹਾਂਜੀ, ਪਰਿਵਾਰ ਦੇ ਵਿੱਚ ਮਾਤਾ ਪਿਤਾ, ਮੈਂ ਬ੍ਰਦਰ ਹਾਂ ਉਹਨਾਂ ਦਾ ਛੋਟਾ, ਇੱਕ ਸਾਡੀ ਸਿਸਟਰ ਮੈਰਿਜ ਹੋਈ ਹੈ। ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਕੋਈ ਸਹਾਇਤਾ ਕੀਤੀ ਜਾਵੇ, ਐਡੇ ਵੀ ਅਸੀਂ ਨਹੀਂ ਗਏ ਪਹੁੰਚ ਵਾਲੇ ਬੰਦੇ ਹੈਗੇ, ਸਾਨੂੰ ਕੋਈ ਸਰਕਾਰ ਤੋਂ ਮਦਦ ਮਿਲੇ,
ਸਹਾਇਤਾ ਸਾਡੀ ਕੋਈ ਸਰਕਾਰ ਵੀ ਕਰੇ, ਸਾਨੂੰ ਕੋਈ ਮੁਆਵਜ਼ਾ ਮਿਲੇ, ਸਾਨੂੰ ਇਨਸਾਫ ਮਿਲੇ। ਬਾਕੀ ਜੋ ਵੀ ਗੱਡੀ ਵਾਲੇ ਨੇ ਗਲਤ ਕੀਤਾ ਰੋਡ ਤੇ ਉਹਨੂੰ ਉਤਾਰ ਦਿੱਤਾ। ਬਾਕੀ ਉਹ ਗੱਡੀ ਵਾਲਾ ਮਤਲਬ ਪੁਲਿਸ ਨੇ ਅਰੈਸਟ ਕਰ ਲਿਆ? ਹਾਂਜੀ, ਗੱਡੀ ਵਾਲਾ ਪੁਲਿਸ ਨੇ ਅਰੈਸਟ ਕਰ ਲਿਆ। ਹਾਂਜੀ, ਸੰਸਥਾਵਾਂ ਉੱਥੇ ਸੰਸਥਾ ਬਣੀ ਹੈ, ਉਹ ਆਉਂਦੇ ਆ ਵੀ ਲਾਸ਼ ਤੁਹਾਡੀ ਭੇਜ ਦਿੰਦੇ ਹਾਂ। ਹੁਣ ਵੇਖੋ, ਹੁਣ ਅੱਜ ਪਤਾ ਲੱਗੂਗਾ, ਉਹ ਡਾਕੂਮੈਂਟ ਮੰਗਦੇ ਪਏ, ਅੱਜ ਪਤਾ ਲੱਗੂ ਕਲੀਅਰ ਸ਼ਾਮ ਨੂੰ ਕੀ ਆਉਂਦੇ ਆ। ਕਹਿਣਾ ਕੀ ਹੈ ਜੀ, ਸਰਕਾਰ ਦੀਆਂ ਮਾੜੀਆਂ ਨੀਤੀਆਂ, ਸਰਕਾਰਾਂ ਦੀਆਂ। ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਬਾਹਰ ਨੂੰ ਜਾ ਰਹੇ ਆ, ਅਤੇ ਉਹ ਬਾਹਰ ਵੇਖੋ ਭਾਣਾ ਵਾਪਰ ਗਿਆ, ਅਤੇ ਇਹ ਕਮਾਈ ਵਾਸਤੇ ਗਿਆ ਸੀ। ਬਿਲਕੁਲ ਮਾਲੀ ਹਾਲਤ ਇਹਨਾਂ ਦੀ ਬਹੁਤ ਮਤਲਬ ਮਾੜੀ ਆ, ਘੱਟ ਜ਼ਮੀਨ ਦੇ, ਜ਼ਮੀਨ ਵੀ ਹਿਸਾਬ ਦੀ ਆ, ਅਤੇ ਆਪਦੀ ਕਮਾਈ ਕਰਨ ਗਿਆ ਸੀ, ਛੋਟੇ ਛੋਟੇ ਬੱਚੇ ਆ। ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਦੋਸ਼ੀ ਫੜੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਇਹਦੀ ਜਿਹੜੀ ਲਾਸ਼ ਆ ਉਹ ਸਰਕਾਰ ਕਾਰਵਾਈ ਕਰਕੇ ਅਤੇ ਜਲਦ ਤੋਂ ਜਲਦ ਇਹਨਾਂ ਦੇ ਪਰਿਵਾਰ ਦੇ ਹਵਾਲੇ ਕੀਤੀ ਜਾਵੇ। ਕੋਈ ਨੀ ਜੀ, ਕੋਈ ਮੇਰੇ ਸੁਣਨ ਚ ਤਾਂ ਕੋਈ ਅਜੇ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਹੋਈ ਇਹਦੇ ਤੇ, 0% ਹੀ ਆ ਜੀ। ਨਾ ਕੋਈ ਮੁਲਾਜ਼ਮ ਆਇਆ, ਨਾ ਕੋਈ ਸਰਕਾਰੀ ਅਮਲਾ ਇੱਥੇ ਆਣ ਕੇ ਕਿਸੇ ਨੇ ਪੁੱਛਦਾਸ ਕੀਤੀ ਹੈ। ਕੱਲ ਦੀ ਗੱਲ ਏ, ਅੱਜ ਦੂਜਾ ਦਿਨ ਹੋ ਗਿਆ, ਕਿਸੇ ਨੇ ਨਹੀਂ ਪੁੱਛਿਆ। ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਤੁਹਾਡੇ ਜ਼ਰੀਏ, ਤੁਸੀਂ ਆਏ, ਤੁਹਾਡਾ ਧੰਨਵਾਦ ਹੈ, ਅਤੇ ਇਹਦੇ 'ਤੇ ਕਾਰਵਾਈ ਕੀਤੀ ਜਾਵੇ। ਇਹਦੀ ਜਿਹੜੀ ਲਾਸ਼ ਆ ਉਹ ਇੱਥੇ ਪਿੰਡ ਪਹੁੰਚਾਈ ਜਾਵੇ, ਅਤੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਹਦੇ ਛੋਟੇ ਛੋਟੇ ਬੱਚੇ ਆ, ਅਤੇ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਪੜ੍ਹਾਈ ਦਾ, ਜਾਂ ਕਿਸ ਤਰ੍ਹਾਂ ਵੀ ਉਹਦੇ 'ਤੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾਵੇ। ਉਹਨੂੰ 5.5 ਸਾਲ ਹੋ ਗਏ ਨੇ ਜੀ, ਇੱਕ ਵਾਰ ਛੁੱਟੀ ਆਇਆ ਮਹੀਨਾ ਅਗਲਾ ਆ ਕੇ ਚਲਾ ਗਿਆ, ਦੂਰੀ ਯਾਰ ਫਿਰ ਗਿਆ, ਕਿ ਆਹ ਗੱਲ ਬਣ ਗਈ ਹੈ। ਕਿੰਨੀ ਕੁ ਉਮਰ ਸੀ ਬੇਟੇ? ਉਮਰ ਹੈਗੀ ਸੀ 40 ਸਾਲ ਤੋਂ ਥੱਲੇ ਹੀ ਸੀ, ਘੱਟ ਹੀ 40 ਤੋਂ। ਕੀ ਮੰਗ ਕਰਦੇ ਸਰਕਾਰ ਦੀ? ਮੰਗ ਇਹੋ ਹੀ ਕਰਦੇ ਹਾਂ, ਮਤ ਕੀਤੀ ਜਾਵੇ, ਸਾਨੂੰ ਇਨਸਾਫ਼ ਮਿਲੇ।